ਬਈ ਆਪਾਂ ਲੱਗੇ ਤੇ 12 ਤਰੀਕ ਨੂੰ ਪੜਾਈ ਕਰਨ ਅੱਜ 14 ਤਰੀਕ ਹੋ ਗਈ ਮਹੀਨਾ ਵੀ ਟੱਪ ਗਿਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਚ ਤੇ ਬਾਕੀ ਵੀ ਅੱਜ ਲੱਗੀ ਕਣਕ ਕੱਢਣ ਆਪਾਂ ਜਿਹੜੀ ਉਦੋਂ ਵੱਡੀ ਦੀ ਬੂਟਿਆਂ 'ਚ ਜੀ ਅਤੇ ਦੋ ਤਿੰਨ ਦਿਨ ਲੇਟ ਹੋ ਗਏ ਪਹਿਲਾਂ ਬਾਪੂ ਦਾ ਭੋਗ ਤਾ ਜੀ ਕਾਲੇ ਦਾ ਤਾਂ ਇੱਕ ਦਿਨ ਲੰਘ ਗਿਆ ਕੱਲ੍ਹ ਹੋਰ ਪਾਸੇ ਗਏ ਅਤੇ ਨਹੀਂ ਕੱਲ੍ਹ ਕੱਢਣ ਆਉਣੀ ਜੀ ਅਤੇ ਅੱਜ ਲੱਗੇ ਹੀ ਕੱਢਣ ਆ ਗਏ ਥਰੈਸਰ ਆਰਸੀ ਲੈ ਕੇ ਚੱਲ ਪੀ ਬਾਈ ਭਰੀ ਲੱਗੇ ਹੀ ਲਾਉਣ ਸਤਿ ਸ਼੍ਰੀ ਅਕਾਲ ਜੀ ਬੱਦਲ ਜਾ ਕੇ ਬਹੁਤ ਬੁਰਾ ਆਇਆ ਤਾ ਮੈਂ ਤਾਂ ਤੱਕਦਾ ਮੈਂ ਕਰ ਦੂੰਗਾ ਪਾਣੀ ਤੜਕੇ ਆਇਆ ਬਾਈ ਪੂਰਾ ਚੜ ਕੇ ਆਇਆ बदल कही भी देना कढ़न नहीं देनी बहुत बदल था हल तो तू रिश्तेदारी चले नहीं तो कल निपड़ जाना कल निपड़ जाना चल हूं घंटा लगना एक मलकीत भाई पहाड़ ने चक्या पहला होली आनी होलिया मैं दो तीन साल की गल है बहुत बुरा हाल आर कटे क्या बंद हो जाता फिर गिला होगा हूं चलो 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 रात भी निकल जानी थी चल फिर बचा गया रब माड़ा मोटा जा माड़ी मोटी जी पी भाई निपट गया काम जी आपका काम अज भाई फैजल तूड़ी का रह गया तूड़ी चक के अंदर अज जा कलू पा दानी
ਬਹੁਤ ਚੱਲਦੀ ਬਈ ਹਵਾ ਤੇਰੀ ਪੂਰੀ ਚੱਲਦੀ निबड़ गया ही काम निबड़ गया टाइम सिर आई हाँ नंबर चकते आखिरी बई आप लगे थे 12 तरीक नू पढ़ाई कर अज 14 तरीक हो गई महीना भी टप गया मक्की ने बेड़नी चल नहीं दोपहर तो पूरे ढोल बजे टाइम लगे तूड़ी अच्छा गए भी हो बंदे बाकी है तूड़ी अपने घर ढो लानी बी तूड़ी वधिया ऐन लंबा ढेर आ हवा मिट्टी तो है नहीं क्या कहना पकवा दी ਪਿੱਛੇ ਪਿੱਛੇ ਉਹ ਮੂਹਰੇ ਪਾਉਣੀ ਹੈ ਕਿ ਕਿਹੜੀ ਹੈ ਇਹ ਪਿੱਛਾ ਵਾ ਇਹ ਕਿਆ ਚੱਕਰ ਇਹਦੀ ਮਨਾਰ ਬੰਦੀ ਬੜੀ ਸੋਪੀ ਆਹ ਪਹਿਲਾਂ ਪੈ ਜੂਗੀ ਨਾ ਡੰਗਰਾ ਹੁੰਦਾ ਹੈ ਮੂਹਰੇ ਪਾਉਣੀ ਹੋਰ ਆ ਗਿਆ ਆਰ ਸਵੀਰ ਵੀ ਚੱਲਿਆ ਵਾ ਉਹਨਾਂ ਦੀ ਕੱਢਣੀ ਹੈ ਆਹ ਵੀ ਮੇਰੀ ਕੱਢਣੀ ਠੀਕ ਹੈ ਠੀਕ ਡੇਢ ਬਿਕਾ ਦਾਤਾ ਅਗਰ ਮੈਂ ਤਰਾਇ ਜਾਨੀ ਬਣਾ ਨਾ ਦੇ ਪਰ ਦੇ ਜਾ ਸਭ ਕੋ ਬੜੇ ਕਰ ਇਹ ਵੀ ਤਾਂ ਆਉਣ ਲੱਗਿਆ ਤਾਂ ਕਹਿੰਦਾ ਮੈਂ ਧਵਾ ਦੇਣਾ ਤਾਂ ਅੱਜ ਪਰੇਲ ਜਾਣੀ ਹੈ ਪਰੇਲ ਲਈ ਹਾਂ ਕਹਿੰਦਾ ਉਹ ਤਾਂ ਹੈਗੀ ਮੇਰੇ ਨਾ ਧਵਾ ਦੇਣਾ ਤਾਂ ਕਹਿੰਦਾ ਮੈਂ ਅੱਜ कौन बाकी चलते ट्रैक्टर लेके उपरे बिठा ले जी मैं कहना तूड़ी चका देनी इन्हू एक दो दिन ना पानी भी लाइए हाँ बूटे सोका ये ना पानी लगे बहुत अच्छा जी ठीक है ठीक है मैं पानी पुनी लग जाऊंगा डारा होता बूटे उचे छंगाई हवा बिच लगी जाती हवा चलिए चलो ट्रैक्टर रोटी पानी भी छकना हाले ट्राले इचे पालने अपने मक्की खाता लदान लंबा उचाई हो जाता ठीक है।
ਰੋਈ ਬਾਈ ਤੇ ਆਪਾਂ ਕਣਕ ਦਾ ਨਵੇੜਤਾ ਤੇ ਜਿਹੜੀ ਆਪਾਂ ਦੋ ਟਰਾਲੀਆਂ 'ਚ ਬਾਈ ਕਣਕ ਪਾਈ ਦੀ ਇੱਕ 'ਚ ਕਰ ਲਈ ਆਪਾਂ ਨੇ ਤੇ ਡੈਡੀ ਹੁਣ ਲੈ ਕੇ ਚੱਲਿਆ ਜੀ ਮੰਡੀ ਉਹ ਖੜਾ ਆਪਣੇ ਆ ਟਰਾਲਾ ਇਹ ਸਹਿ ਵੀ ਉਹ ਤਾਲਾ ਬਾਈ ਲਾਤੀ 'ਚ ਦੋਹੇ ਉਹ ਵੀ ਆਦਣ ਵਾਲੀ ਵਿੱਚ ਵੀ ਥੱਲੇ ਵੀ ਰੱਖ ਲਏ ਚਾਰ ਪੰਜ ਕਣਕ ਮੋੜ ਕੇ ਵੀ ਲਿਆਉਣੀ ਆ ਠੇਕੇ ਵਾਲਾ ਮੰਗਦਾ ਹਾਂ 4 ਕੁਇੰਟਲ 4 ਕੁਇੰਟਲ ਉੱਥੇ ਗੋਲੀਆਂ ਤਾਂ ਮਿਲਣੀਆਂ ਨਹੀਂ ਹਾਂਜੀ ਪਹਿਲੇ ਰੱਖ ਲਏ ਆਪਣੇ ਠੀਕ ਖੰਡਾ ਕਰਾ ਕੇ ਉੱਥੇ ਲਿਆਉਣੇ ਬਾਕੀ ਮੱਕੀ ਭਈਏ ਕਹਿੰਦੇ ਹੁਣ ਸ਼ਾਇਦ 6 ਵਜੇ ਵੱਢੂਗੇ ਠੀਕ ਹੈ ਪਹਿਲਾਂ ਤੂੜੀ ਨੂੰ ਵੀ ਕਹਿੰਦੇ ਸੀ ਤੂੜੀ ਕੱਟ ਹੋਈ ਕਰ ਮੱਕੀ ਵੱਢੂਗੇ ਉਹੀ ਤਾਂ ਗੱਲ ਆ ਤੇ ਪਹਿਲੇ ਲੱਤਾਂ ਵਸਾਈ ਜਾਣੀਆਂ ਬਟਾਲਾ ਤਾਂ ਯਾਰ ਵਿਹਲਾ ਤਾਂ ਆਪਣੇ ਵਾਲਾ ਹਾਂਜੀ ਹਾਂਜੀ ਐਕਟਰ ਸਾਹਿਬ ਵੀ ਉਤਾਲਾ ਹੈਗਾ ਤਾਂ ਪਰ ਇੱਕ ਪਾਸੇ ਰਹੋ ਮਹਾਂ ਨਾ ਮੱਕੀ ਵੱਢੂਗੇ ਹੁਣ ਤਾਂ ਮੱਕੀ ਵੱਢੂ ਹੁਣ ਤਾਂ ਟਾਈਮ ਨਹੀਂ ਰਹਿਣਾ ਨਾਲੇ ਫਿਰ ਤੂੜੀ ਜੋ ਦਿਨ ਢੋ ਹੋ ਜੂ ਕੱਲੂ ਢੋ ਲੈਣੀ ਕੱਲੂ ਢੋ ਲੈਣੀ ਦੁਪਹਿਰ ਤੱਕ ਤੂੜੀ ਢੋ ਲੋ ਸਵੇਰੇ ਲਾ ਜਾਂਦੀ ਸਵੇਰੇ ਲਾ ਜਾਂਦੀ ਆਪਣੀ ਮੱਕੀ ਜਦੇ ਤੂੜੀ ਢੋ ਲੈਣੀ ਹਾਂ ਤੂੜੀ ਢੋ ਦੇਣੀ ਠੀਕ ਨਹੀਂ ਮੱਕੀ ਉਹਨੂੰ ਕਹਿੰਦਾ ਵੀ ਲਗਾਤਾਰ ਹੀ ਲੈ ਲਾ ਭਾਈ ਲਗਾਤਾਰ ਨਵੇੜ ਦੇਣੀ ਬਾਈ ਆਪਾਂ ਨੇ ਉਹਨੇ ਬੈਣਾ ਹੀ ਲੱਗੀਆਂ ਬਹੁਤ ਆ ਉਹਨਾਂ ਨੇ ਕੁੱਕੜੀ ਪੈ ਗਈ ਉਹਨੇ ਬਹੁਤ ਜੜਾ ਕਰਨਾ ਤੋੜ ਜੀ ਬਹੁਤ ਖਾਨੀਆ ਘੱਟ ਬੈਣਾ ਕਿਹਨੂੰ ਕਹਿੰਦੇ ਆ ਕਈ ਏਰੀਆ ਚ ਹੋਰ ਕੁਸ ਵੀ ਕਹਿੰਦੇ ਆ ਕਹਿੰਦੇ ਆਉਣੇ ਘੋੜੀਆਂ ਵਰਗੀਆਂ ਘੋੜੀਆਂ ਵਰਗੀ ਉਹ ਕੁੱਕੜੀ ਭੱਜਦੀ ਆ ਭੱਜਦੀਆਂ ਬਾਈ ਬਹੁਤ ਵੀ ਬਾਕੀ ਨੁਕਸਾਨ ਬਹੁਤ ਕਰਦੇ ਪਹਿਲਾਂ ਆਉਂਦੀਆਂ ਨੇ ਜਿੱਦੇ ਤੇ ਛੱਲੀ ਪਈ ਆ ਉਧਰ ਲੱਗੀਆਂ ਅੱਲੇ ਆਈਆਂ ਕੱਲੇ ਆਈਆਂ ਪਾਣੀ ਲਾਇਆ ਉਦੋਂ ਮੈਂ ਪੈੜਾਂ ਦੇਖੀਆਂ ਬਹੁਤ ਬੜੀ ਬੜੀ ਪੈੜ ਆ ਇੱਕ ਗਵਾਂਡੀ ਕਹਿੰਦਾ ਸੂਰ ਆ ਮੈਂ ਸੂਰ ਦੀ ਪੈੜ ਐਡੀ ਕਿੱਥੇ ਨਹੀਂ ਹੈਗਾ ਬੈਣਾ ਨੀਲ ਗਊਆਂ ਵੀ ਕਹਿੰਦੇ ਆ ਨੀਲ ਗਊ ਹਾਂ ਨੀਲ ਗਊ ਨੀਲ ਗਊਆਂ ਆ ਜਿਹੜੀ ਆਪਣੇ ਆਪਣੇ ਇਲਾਕੇ ਦਾ ਆਪਣੇ ਆਪਣੀ ਬੋਲੀ ਆ ਫਰਕ ਆਈ ਭੱਜਦੀ ਬਹੁਤ ਆਜ਼ਾਦ ਪਰ ਜਿੱਥੇ ਮਿੰਗਣਾ ਕਰਨੀ ਉੱਥੇ ਆ ਕੇ ਮਿੰਗਣ ਕਰਦੀ ਅੱਛਾ ਇੰਨੀ ਹੋ ਚਲੇ ਚਲੋ ਬਾਕੀ ਮੈਂ ਦੇਖ ਲੂੰਗਾ ਭਈਆਂ ਨੂੰ ਚਾਹ ਚੂ ਨਾਲੇ ਉਹ ਕਰਦਾ ਨਾਲੇ ਉਹ ਟਰਾਲੇ ਦਾ ਆਪਣੇ ਬਿੱਟ ਖੋਲ ਲਈ ਇਹਨਾਂ ਤਾਂ ਨਹੀਂ ਆਉਣੀ ਮੱਕੀ ਆਹ ਫਿਰ ਲਦਾਣ ਲੂੰਚਾ ਹੋ ਜਾਂਦਾ ਹੋ ਜਾਂਦਾ ਫਿਰ ਬਿੱਟ ਲਾ ਦੂੰਗੇ ਨਾ ਫਿਰ ਜਿੱਕਾ ਗੰਨਾ ਲਾਦੇ ਆ ਛੋਟੇ ਛੋਟਾ ਤਾਂ ਹੀ ਲੱਗੂ ਕਿਲਵਾਈ ਵੀ ਬਥੇਰੀ ਹੋਗੀ ਆਹੋ ਕੋਈ ਜ਼ਰੂਰੀ ਗੜੇ ਲਾਈ ਜਾਣੇ ਬੱਦੀ ਵਢਾਏ ਕਰਨੀ ਜਿੰਨੀ ਵੱਢ ਹੁੰਦੀ ਆ ਵੀ ਵੱਢੋ ਹੋਰ ਕੀ ਹਨਾ ਉਹ ਤਾਂ ਕੱਲ ਦਾ ਸਵੇਰੇ ਉਹ ਕਹਿੰਦਾ ਲਿਆ ਲਿਆ ਮਹਾ ਤਾਂ ਪਹਿਲਾਂ ਕਣਕ ਕੱਢਣੀ ਅੱਛਾ ਬੱਦਲ ਚੜਿਆ ਬਹੁਤ ਸਵੇਰੇ ਸਵੇਰੇ ਮੈਂ ਤਾਂ ਕਹਿੰਦਾ ਮੈਂ ਕਰਤਾ ਹਫ਼ਤੇ ਯੋਗਾ ਕੰਮ ਫਿਰ ਹੁੰਦਾ ਆਊਂਗਾ ਤਾਂ ਫਿਰ ਡੈਡੀ ਦੇਖ ਲਈ ਚੱਲ ਫਿਰ ਮੈਂ ਲੈ ਚੱਲਿਆ ਲੈ ਜਾਓ ਜੀ ਲੈ ਜਾਓ ਬਾਕੀ ਉਹ ਟਰਾਲੇ ਦਾ ਬਿੱਟ ਖੋਲੂਗੇ ਬਾਈ ਹੁਣ ਉਹ ਖਾਲੀ ਕਰਤਾ ਆਪਾਂ ਨੇ ਉਹ 'ਚ ਮੱਕੀ ਲੋਡ ਕਰੂੰਗੇ ਕੱਲ੍ਹ ਬਾਣਾ ਪਿਆ ਆਪਣੇ ਕੋਲ ਬਚਿਆ ਆ ਹੋਰ ਆਪਾਂ ਨੇ ਭਰੀਆਂ ਬਣਾ ਲੈਣੀਆਂ ਮੱਕੀ ਦੀਆਂ ਬੰਨ ਦੂੰਗੇ ਉਹ ਬਾਣ ਹੋਰ ਵੀ ਪਿਆ ਆਪਣੇ ਕੋਲ ਇਹ ਖਾਲੀ ਕਰਤਾ ਚਲੇ ਗਿਆ ਜੀ ਡੈਡੀ ਉਹ ਜੀ ਬਾਈ ਅਤੇ ਬਿੱਡ ਆਪਾਂ ਨੇ ਲਾਤਾ ਟਰਾਲੇ ਦਾ ਜੀ ਅਤੇ ਉਹ ਸਾਹਮਣੇ ਟੰਗਤਾ ਉੱਪਰ ਪੇਪਾਂ 'ਤੇ ਅਤੇ ਚੱਲਦੇ ਹਾਂ ਜੀ ਹੁਣ ਆਪਾਂ ਖੇਤ 'ਚ ਅਤੇ ਲੱਗ ਗਏ ਹੁਣ ਬੰਦੇ ਮੱਕੀ ਵੱਢਣ ਅਤੇ ਚੱਲਦੇ ਨਾਲੇ ਵੱਢ ਲਿਆ ਜੀ ਆਪਾਂ ਵੀ ਹਰਾ ਭੋਡਾ ਕਰਤਾ ਜੀ ਆਪਾਂ ਟਰਾਲਾ ਹੁਣ ਚੱਲਦੇ ਜੀ ਹੁਣ ਖੇਤ 'ਚ ਨੂੰ ਉਹ ਜੀ ਬਾਈ ਹੁਣ ਪਹੁੰਚ ਗਏ ਜੀ ਆਪਾਂ ਖੇਤ 'ਚ ਅਤੇ ਬੰਦੇ ਲੱਗੇ ਹੋਏ ਵੱਢਣ ਸੋਹਣੀ ਵਰਤੀ ਇਹਨਾਂ ਨੇ ਹੋ ਗਿਆ ਹੋਊਗਾ ਅੱਧਾ ਘੰਟਾ ਲੱਗਿਆ ਨੂੰ ਮੇਰੇ ਹਿਸਾਬ ਨਾਲ ਅਤੇ ਬਾਕੀ ਦਿਖਾਉਣਾ ਜੀ ਤੁਹਾਨੂੰ ਵੱਢਦੇ ਬੰਦੇ ਅਤੇ ਬਾਕੀ ਆਪਾਂ ਵੀ ਵੱਢ ਲਈਏ ਆਪਣੇ ਜੋ ਕਿ ਧਰਤੀ ਬਾਈ ਵਢਾਈ ਸ਼ੁਰੂ ਉਹ ਆਪਾਂ ਨੇ ਵੱਢ ਲੈਣੀ ਉੱਧਰ ਅਤੇ ਲਾਗ ਲਾਗ ਅਤੇ ਆਪਾਂ ਨਹੀਂ ਲਾਇਆ ਹੋਇਆ ਵੱਢਾ ਉੱਧਰ ਆਪਾਂ ਨੇ ਉਹ ਵੱਢ ਲੈਣੀ ਤਿੰਨ ਬੰਦੇ ਵੱਢਣ ਲੱਗੇ ਹੋਏ ਤਿੰਨ ਬੰਨਣ ਲੱਗੇ ਹੋਏ ਆ ਮੰਨਾਂ ਦਾ ਉਹ ਕੰਮ ਸਲੋ ਚੱਲਦਾ ਉਹਨਾਂ ਦਾ ਉਹ ਬੰਨਣੇ ਨੂੰ ਪਤਾ ਹੀ ਆ ਫਿਰ ਲੇਟ ਟਾਈਮ ਲੱਗਦਾ ਬੰਨਣੇ ਨੂੰ ਬੰਨਣੇ ਟਾਈਮ ਲੱਗਦਾ ਵੱਢਣੇ ਨਹੀਂ ਲੱਗਦਾ ਵੱਢਣੇ ਨੂੰ ਤੇ ਜੇ ਤਿੰਨ ਬੰਦਾ ਵੱਢੀ ਜਾਵੇ
चार बंदा बननी जावे काम भी नहीं पूरा बन सकूगा। अच्छा ਬੱਡ ਲੋ ਹਲੇ ਹੋਰ ਫੇਰ ਬੰਨੀ ਜਾਇਓ ਸਾਰਾ ਬੰਦਾ ਛੋਬੜਾ ਹੋਰ ਲਿਆਇਓ ਘਰ ਤੇ ਹਨਾ ਘਰ ਤੇ ਲਿਆਉਣੇ ਪੈਣਾ ਹਾਂ ਪਰਾਲੀ ਦੇ ਪਰਾਲੀ ਪਿਆ ਆਪਣੇ ਕੋ ਪਰਾਲੀ ਤੋਂ ਬੋਦਾ ਹੋ ਗਿਆ ਨਾ ਮੀਂਹ ਨਹੀਂ ਨਹੀਂ ਜਿਹੜਾ ਹੈਗਾ ਉੱਪਰ ਵਧੀਆ ਵੀ ਪਿਆ ਵਧੀਆ ਹੈਗਾ ਹਾਂ ਹਾਂ ਮੈਂ ਪੂਲੀ ਦੇ ਪਰਾਲੀ ਚੱਕ ਕੇ ਨਾਲੇ ਛੋਬੜਾ ਲਿਆਇਆ ਬਾਕੀ ਸਵੇਰੇ ਲੋਡ ਕਰ ਦੇਣਾ ਆਪਾਂ ਨੇ ਇਹ ਬਾਈ ਜਾਊਂਗੀ ਗਊਸ਼ਾਲਾ ਵਿੱਚ ਰੋਪੜ तेन दिख जाता शुभ ए ले भरी चक लूंगा कल ए तू केड़े खाना चावल कच्चा क्या पक्का अच्छा एक बढ़न लग गया बंदा मुर्गा बनाया तब मुर्गा के साथ नवा चावल लेकर आया अच्छा तब खाया वो बंदे चार पांच बंदा खाने वाला है ना तो पैक भी चलेगा पैक भी चलाया ओ छुबड़ा थोड़ा है छोटा बड़ा बड़ा है बहुत छोटा बड़ा बड़ा या नहीं रख हैं पूरा खाया मच्छी मुर्गा छोटा बड़ा छोटा बहुत बड़ा है फालतू देख किन्ना छोबड़ा देख दो में बड़ा हो गया हाँ छोटा बड़ है उन्होंने क्या नहीं रगड़ के बड़ो थोड़ा जा होर एक बंदा खराबी करता थोड़ा बिच ओ हाँ जलेबी बाबा देख देख जलेबी बाबा ने कितने बढ़िया होया जलेबी बाबा हाँ दस दे इनू बाबा राम सिंह है क्या बोलता खुल के बोल हाँ बढ़ता थोड़ी जी उच्ची जलेबी भाई कहने तेन है छेड़ दे देख ला तेन ओ जलेबी भाई ना जलेबी बाबे बाबा और क्या अच्छा इतने कोई भी पिंड में पूछोगा जलेबी बाबा बता दोगा तो तेरा नाम है और ले इतने से रोपर भी चलता मेरा नाम बोले 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 और क्या ऐसी तैसी बंदा है हाँ पुराना बंदा फिर तू ही बात है ते बाकी सवेरे करूंगा लोड गौशाला लेके जावांगे डैडी मंडी गया होया है मैं बंदे को कबूतर भी बनांदा किकना हो किकना बनदा कबूतर मैं बंदे को कबूतर बना के पजा देना अच्छा बल्ले आप तो भजदा नहीं तू आप तो कबूतर बनदा नहीं तू मैं हां फिर देख ले मैं वो बंदे नु कबूतर बना दिए हूं बनाई बनाई बना के देखिए ने ओनु भाई है बड़ा फिर कहूंगा बंदे नु कबूतर बना बनाई बनाई मड़ा या देखिए नु जदे बन जाना 2 मिनट से पढ़ते हैं भाई हुण आपां मक्की अपने नंगरा वास्ते चलो ठीक है भाई जी तो बाकी कलू करूँगा जी लोड कलू दिखावे जी तो बाकी डैडी दसूँगा जी रेट क्या करया डैडी ने करया हो जी पूछा भी नहीं डैडी ने क्या रेट करी है मक्की जी तो बाकी कलू दसूँगे ब्लॉग च क्या रेट चल ठीक है जी अज का ब्लॉग अपना इतनी तक था तो मिलते हैं आप फिर अगले ब्लॉग च सारे सत श्री अकाल जी।